वेलकम बैक गाइस, की हाल चाल होपफुली सारे वधिया होगे। आपां लैके अज कल तुहाडे सारेयां दे लई इक होर नवां सोंग रिएक्शन वीडियो जो कि होण वाला है सूट करदा बाय शिवजोत। आओ माड़ी जी निगाह मारदे इस गाने दी डिस्क्रिप्शन वल। हां जी, तो सोंग सूट करदा सिंगर शिवजोत, म्यूजिक दा बॉस ते लिरिक्स शिवजोत दे अपने, म्यूजिक लेबल टी सीरीज। आओ देखदे हां की चीज बनाई इन्हां ने। सब तो पहले आप अपने एयरप्लग्स पहन लैने हां। 3 2 1 स्टार्ट। ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਠਾਕ ਹੋ? ਹਾਂਜੀ। ਹੋਰ ਸ਼ਿਵਜੋਤ ਕੀ ਹੈ, ਕਿਆ ਕਰਦਾ ਤੇ? ਹਾਂਜੀ ਹਾਂਜੀ। ਅੱਛਾ, ਮਤਲਬ ਕੁੜੀ ਦਾ ਵਿਆਹ ਹੋ ਚੁੱਕਿਆ। ਉਹਦੇ ਹਸਬੰਡ ਬਾਰੇ ਪੁੱਛ ਰਹੀ ਉਹਦੀ ਮਾਂ। ਯਾਦੂ ਬਰਾੜ ਫਿਲਮਸ। ਉਹ ਮੇਰੇ ਲਈ ਆ ਜਿਹੜਾ ਤੁਸੀਂ ਵਾਰ ਟੋਲਿਆ, ਫੀਲ ਕਰਦੀ ਮੈਂ ਉਹਦੇ ਕੋਲੇ ਆਹਾਂ। ਕੇਅਰਿੰਗ ਪਰਸਨ। ਤੈਥੋਂ ਵੱਧ ਮੰਮੀ ਮੈਨੂੰ ਕੌਣ ਜਾਣਦਾ ਹਾਂ, ਤੇਰੇ ਕੋਲੋਂ ਰੱਖਣੇ ਮੈਂ ਕਾਹਦੇ ਓਲਿਆ ਹਾਂ। ਮੇਰੇ ਤਾਂ ਖਿਲਾਫ ਕੋਈ ਗੱਲ ਨਾ ਕਹਾਵੇ, ਜੱਟ ਵੱਡੇ ਵੱਡੇ ਵੈਲੀ ਵੀ ਮਿਊਟ ਕਰਦਾ। ਤੇਰੀ ਚੋਇਸ ਕਰੀ ਕਾਤੋਂ ਕਰਦੀ ਐ ਵਰੀ, ਮੁੰਡਾ ਮੈਂ ਤੇਰੀ ਧੀ ਨੂੰ ਬੜਾ ਸੂਟ ਕਰਦਾ। अच्छा ठीक हो गया है। एक ब्याही कुड़ी दी मां नाल गल्लां हो रही, गाने का मेन थीम ये आ। सही है, बहुत सोहना लग रहा है इतना गाना। ओके, यानी कि दोनों होटल च खान पीन आए आ, तुसी भी वेख रहे होने। तू भी सोहनी नाले सिर तो भी कैम नहीं, मैं ओदे कोलों जोन दे आ तंग सिख ले। ਇੰਨਾ ਲੱਗੇ ਸਾਨੂੰ ਇੱਕ ਦੂਜੇ ਲਈ ਬਣਾਇਆ, ਸਾਡੇ ਕਪਲ ਗੋਲਸ ਵੀ ਨੇ ਸੇਮ ਨਿਕਲੇ। ਸਚਿਨ ਸੈਂਟ ਯਾਰ, ਮੈਨੂੰ ਤਕਦੀਰ ਬਣ ਕੇ ਵੇਖ ਲਿਆ, ਮੈਂ ਰਾਂਝਣੇ ਦੀ ਹੀਰ ਬਣ ਕੇ ਪੂਰਾ ਕਰਦਾ ਏ, ਮੇਰਾ ਖੁੱਲਾ ਰੱਖਦਾ ਏ ਜਿਹੜਾ ਉਂਜ ਜਿੰਦਾ ਦਿਲ ਜੱਟ ਮੇਰੇ ਤੇ ਆ ਮਰਦਾ। ਤੇਰੀ ਚੋਇਸ ਕਰੀ ਕਾਤੋਂ ਕਰਦੀ ਐ ਵਰੀ, ਮੁੰਡਾ ਮੈਂ ਤੇਰੀ ਧੀ ਨੂੰ ਬੜਾ ਸੂਟ ਕਰਦਾ। ਚੋਇਸ ਖਰੀ ਕਾਤੋਂ ਕਰਦੀ ਐ ਵਰੀ, ਮੁੰਡਾ ਮੈਂ ਤੇਰੀ ਧੀ ਨੂੰ ਬੜਾ ਸੂਟ ਕਰਦਾ। ਤੇਰੀ ਸ਼ਹਿਜ਼ਾਦੀ ਨੂੰ ਕੁਈਨ ਵਾਂਗੂ ਰੱਖੇ ਸ਼ਿਵਜੋਤ, ਮੇਰੀ ਲੋ ਵਾਈਬ ਹੋਣ ਨਹੀਂ ਦਿੰਦਾ। ਇਮੋਸ਼ਨਲ ਹੋਵਾਂ ਜਦੋਂ ਤੇਰੀ ਯਾਦ ਆਵੇ, ਆਪੇ ਕਰ ਲੈਂਦਾ ਸੱਟ ਮੈਨੂੰ ਰੋਣ ਨਹੀਂ ਦਿੰਦਾ। ਮੈਨੂੰ ਕਦਰ ਆ ਪੂਰੀ, ਸਤਿਕਾਰ ਵੀ ਕਰਾਂ ਹੱਦੋਂ ਵੱਧ, ਆਉਂਦਾ ਨਹੀਂ ਮੈਂ ਪਿਆਰ ਵੀ ਕਰਾਂ। ਰੋਇਲ ਵੀ ਪੂਰਾ ਦਿਲੋਂ, ਲਾਇਲ ਵੀ ਪੂਰਾ, ਨਾਲੇ ਕਦੇ ਕਦੇ ਗੱਲਾਂ ਵੀ ਕਿਊਟ ਕਰਦਾ। ਤੇਰੀ ਚੋਇਸ ਖਰੀ ਕਾਤੋਂ ਕਰਦੀ ਐ ਵਰੀ, ਮੁੰਡਾ ਮੈਂ ਤੇਰੀ ਧੀ ਨੂੰ ਬੜਾ ਸੂਟ ਕਰਦਾ। ਯਾਰ ਵੀਡੀਓ ਬਹੁਤ ਸੋਹਣੀ ਬਣਾਈ ਗਈ ਹੈ, ਉਹਦੇ ਕਨਸੈਪਟ ਦੇਖੋ। ਹਾਂਜੀ, ਅਤੇ ਗਾਣਾ ਆਪਾਂ ਆਪਣਾ ਸੁਣ ਚੁੱਕੇ ਹਾਂ। ਯਾਰ ਗਾਣੇ ਦਾ ਜਿਹੜਾ ਕੰਸੈਪਟ ਸੀ ਨਾ, ਉਹ ਬਹੁਤ ਵਧੀਆ ਸੀ। ਲਿਰਿਕਸ ਵੀ ਵਧੀਆ ਸੀਗੇ, ਜਿਹੜੀ ਪਿਕਚਰਾਈਜੇਸ਼ਨ ਹੋਈ ਸੀ ਨਾ ਉਹ ਵੀ ਬਹੁਤ ਵਧੀਆ ਸੀਗੀ, ਵੀਡੀਓ ਬਹੁਤ ਸੋਹਣੀ ਬਣਾਈ ਹੋਈ ਸੀਗੀ। ਤੁਸੀਂ ਦੇਖੋ ਕਿ ਸਾਰੇ ਭੀੜ ਭੜੱਕੇ ਨੂੰ ਛੱਡ ਕੇ ਨਾ, ਜਿੱਥੇ ਅੱਜ ਕੱਲ੍ਹ ਗੱਡੀਆਂ ਜਾਂ ਫਿਰ ਨਸ਼ੇ ਦੇ ਗਾਣੇ ਆ ਰਹੇ ਆ, ਉਹਨਾਂ ਸਾਰਿਆਂ ਨੂੰ ਛੱਡ ਕੇ ਸ਼ਿਵਜੋਤ ਨੇ ਗਾਣਾ ਕੱਢਿਆ, ਜੋ ਕਿ ਇੱਕ ਹਸਬੈਂਡ ਵਾਈਫ ਦੇ ਜਿਹੜਾ ਕਲਚਰ ਆ ਉਹਨੂੰ ਪ੍ਰਮੋਟ ਕਰ ਰਿਹਾ, ਆਪਣੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰ ਰਿਹਾ। ਸਭ ਤੋਂ ਵੱਡੀ ਗੱਲ ਇਹ ਕਿ ਉਹ ਨਾ ਸਿਰਫ ਇਸ ਸ਼ਾਦੀ ਵਾਲੇ ਕਲਚਰ ਨੂੰ ਪ੍ਰਮੋਟ ਕਰ ਰਿਹਾ, ਬਲਕਿ ਉਹ ਜਿੱਦਾਂ ਆਪਣੇ ਘਰ ਦੇ ਹੁੰਦੇ ਸੀ ਉਸ ਕਲਚਰ ਨੂੰ ਵੀ ਪ੍ਰਮੋਟ ਕਰ ਰਿਹਾ, ਕਿ ਪਸੰਦ ਦੀ ਸ਼ਾਦੀ ਨਾਲੋਂ ਜਿਹੜੀ ਘਰਦਿਆਂ ਦੀ ਕੀਤੀ ਹੋਈ ਸ਼ਾਦੀ ਆ ਉਹ ਜ਼ਿਆਦਾ ਬਿਹਤਰ ਰਹਿੰਦੀ ਆ, ਉਹ ਜ਼ਿਆਦਾ ਅੱਛੀ ਨਿਭਦੀ ਆ। ਇਸ ਚੀਜ਼ ਨੂੰ ਪ੍ਰਮੋਟ ਕਰ ਰਿਹਾ, ਯਕੀਨ ਮੰਨੋ ਮੈਂ ਗਾਣਾ ਪਹਿਲੇ ਵੀ ਸੁਣ ਚੁੱਕਿਆ ਸੀਗਾ। ਸਿਰਫ ਔਰ ਸਿਰਫ ਮੇਰਾ ਇਸ ਗਾਣੇ ਨੂੰ ਰਿਵਿਊ ਕਰਨ ਦਾ ਮਕਸਦ ਇਹੀ ਸੀਗਾ, ਵਿਊ ਤਾਂ ਆਪਾਂ ਡੇਲੀ ਲਵਾਂਗੇ ਯਾਰ, ਲੈਂਦਾ ਹੀ ਰਹਿੰਦਾ ਬੰਦਾ, ਅੱਜ ਨਹੀਂ ਕੱਲ੍ਹ ਵੀਡੀਓ ਚੜ੍ਹ ਜਾਏਗੀ, ਕੋਈ ਨਾ ਕੋਈ ਵੀਡੀਓ ਚੜ੍ਹ ਹੀ ਜਾਏਗੀ। ਪਰ ਇੱਕ ਚੰਗੀ ਗੱਲ ਦੱਸਣਾ ਨਾ, ਜੇ ਕੋਈ ਉਹਦੇ 'ਤੇ ਅਮਲ ਕਰ ਲਏ ਤਾਂ ਬਹੁਤ ਵੱਡੀ ਗੱਲ ਹੁੰਦੀ ਆ, ਬਹੁਤ ਅੱਛੀ ਗੱਲ ਹੁੰਦੀ ਆ। ਵਿਊਜ਼ ਦੀ ਟੈਨਸ਼ਨ ਨਹੀਂ ਹੈ ਆਪਾਂ ਨੂੰ, ਪਹਿਲੇ ਕਿਹੜਾ ਹੁੰਦੇ ਜੀ ਅੱਜ ਵੀ ਨਾ ਆਣਗੇ ਕੀ ਹੋ ਚੱਲਾ। ਬਾਕੀ ਤੁਸੀਂ ਗਾਣੇ ਦਾ ਕੰਸੈਪਟ ਸਮਝਣ ਦੀ ਕੋਸ਼ਿਸ਼ ਕਰੋ, ਇੱਕ ਹਸਬੈਂਡ ਵਾਈਫ ਦੇ ਨੇਚਰ ਨੂੰ, ਇੱਕ ਹਸਬੈਂਡ ਵਾਈਫ ਦੇ ਰਿਸ਼ਤੇ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਸ ਚੀਜ਼ ਨੂੰ ਕੋਸ਼ਿਸ਼ ਕਰੋ ਕਿ ਤੁਹਾਡੇ ਪੇਰੈਂਟਸ ਕਦੇ ਵੀ ਤੁਹਾਡੇ ਲਈ ਬੁਰਾ ਨਹੀਂ ਸੋਚਦੇ,
ਉਹ ਤੁਹਾਡੇ ਲਈ ਹਮੇਸ਼ਾ ਚੰਗੇ ਹੀ ਸੋਚਦੇ ਆ। ਉਹਨਾਂ ਨੇ ਇੱਕ ਉਮਰ ਕੱਢੀ ਹੋਈ ਆ ਅਤੇ ਤੁਸੀਂ ਹਜੇ ਨਵੇਂ ਨਵੇਂ ਹੋ। ਇਹ ਗੱਲ ਸੋਚ ਕੇ ਤੁਸੀਂ ਕੁਛ ਪਸੰਦ ਕਰ ਸਕਦੇ ਹੋ, ਸਿਰਫ ਤੁਹਾਨੂੰ ਸੂਟ ਕਰ ਸਕਦੀ, ਪਰ ਤੁਹਾਡੇ ਪੇਰੈਂਟਸ ਵੀ ਉਹ ਚੀਜ਼ ਪਸੰਦ ਕਰਨੀ ਜਿਹੜੀ ਤੁਹਾਨੂੰ ਸੂਟ ਵੀ ਕਰੇ, ਤੁਹਾਡੇ ਨਾਲ ਲੰਬਾ ਅਰਸਾ ਚੱਲੇ ਵੀ, ਜਿਹੜੀ ਤੁਸੀਂ ਪਸੰਦ ਕਰਦੇ ਮੇਰੇ ਵੀ ਤੁਹਾਨੂੰ ਅੱਜ ਸੂਟ ਕਰ ਰਹੀ ਹੋ ਇਹ ਗੱਲ ਨੂੰ ਨਾ ਕਰੇ। ਤੁਸੀਂ ਕੁਛ ਕਹਿ ਨਹੀਂ ਸਕਦੇ, ਉਹਨਾਂ ਨੇ ਤੁਹਾਨੂੰ ਵੀ ਪਾਲਿਆ ਅਤੇ ਉਹਨਾਂ ਨੇ ਆਪਣੀ ਉਮਰ ਵੀ ਕੱਢੀ ਆ। ਇਹ ਗੱਲ ਜ਼ਿਹਨ 'ਚ ਰੱਖਣੀ ਚਾਹੀਦੀ। ਅਸੀਂ ਤਾਂ ਇਹ ਆਪਣਾ ਆਪ ਨਹੀਂ ਵੇਖਿਆ ਹੁੰਦਾ ਅਤੇ ਪਹਿਲੇ ਇੱਦਾਂ ਦੇ ਕੰਮਾਂ 'ਚ ਵੜ ਜਾਂਦੇ। ਬਾਕੀ ਜੇ ਤੁਹਾਨੂੰ ਮੇਰੀਆਂ ਇੱਦਾਂ ਦੀਆਂ ਥੋੜ੍ਹੀਆਂ ਬਹੁਤੀਆਂ ਗੱਲਾਂ ਵਧੀਆ ਲੱਗੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਓ। ਓਵਰਆਲ ਜੇ ਮੈਂ ਇਸ ਗਾਣੇ ਨੂੰ ਆਪਣੇ ਸਕੇਲ 'ਤੇ ਜ਼ਰੂਰ ਰੇਟ ਕਰਨਾ ਹੋਵੇ, ਆਈ ਵਿਲ ਰੇਟ ਅਬਾਊਟ 9 out of 10। ਬਿਕੋਜ਼ ਇੱਕ ਤਾਂ ਇਸ ਗਾਣੇ ਦੇ ਕੰਸੈਪਟ ਬਹੁਤ ਵਧੀਆ ਸੀਗੇ, ਜਿਹੜੀਆਂ ਇਸ ਗਾਣੇ ਦੇ ਵਿੱਚ ਗੱਲਾਂ ਦੱਸੀਆਂ ਗਈਆਂ ਉਹ ਬਹੁਤ ਵਧੀਆ ਸੀਗੀਆਂ, ਕੁਛ ਵੀ ਆਊਟ ਆਫ ਦਾ ਬੋਕਸ ਨਹੀਂ ਸੀਗਾ, ਕੁਛ ਵੀ ਹਟ ਕੇ ਨਹੀਂ ਸੀਗਾ, ਇੱਕ ਬਹੁਤ ਰਿਦਮ 'ਚ ਚੱਲਣ ਵਾਲਾ ਸਕੂਨ ਦਾ ਇੱਕ ਗਾਣਾ ਸੀਗਾ। ਇਸ ਤੋਂ ਜ਼ਿਆਦਾ ਹੋਰ ਕੁਛ ਨਹੀਂ ਸੀ, ਬਟ ਜਿਹੜਾ ਇਹਦੇ ਵਿੱਚ ਕੰਸੈਪਟ ਬਿਆਨ ਕੀਤੇ ਗਏ ਸੀ ਜਾਂ ਫਿਰ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਕੀਆਂ ਗਈਆਂ ਸੀ, ਗੱਲਾਂ ਜਿਹੜੀਆਂ ਦੱਸੀਆਂ ਗਈਆਂ, ਜਿਹੜੀ ਵੀਡੀਓ ਬਣਾਈ ਗਈ, ਉਹ ਬਹੁਤ ਕੁਛ ਬਿਆਨ ਕਰ ਜਾਂਦੀ ਆਪਣੇ ਆਪ ਦੇ ਵਿੱਚ ਹੀ। ਬਾਕੀ ਮਿਲਦੇ ਆਪਾਂ ਕਿਸੇ ਹੋਰ ਨਵੇਂ ਰਿਐਕਸ਼ਨ ਵੀਡੀਓ ਦੇ ਵਿੱਚ। ਉਹਨੇ ਚੇਲੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਬਾਏ ਬਾਏ।